ਭਾਰਤ ਦੇਸ਼ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਾਂ ਜਦੋਂ ਦੀ ਮੋਦੀ ਸਰਕਾਰ ਆਈ ਹੈ, ਇੱਕ ਨਵਾਂ ਏਜੰਡਾ ਤੋਰਿਆ ਜਾ ਰਿਹਾ ਗਊ ਰੱਖਿਆ ਦਾ। ਔਰ ਇਹਦੇ ਉੱਤੇ ਇਤਿਹਾਸਕ ਜਾਂ ਅਸੀਂ ਕਹੀਏ ਕਿ ਜੋ ਮਿਥਿਹਾਸ ਹੈ ਹਿੰਦੂ ਧਰਮ ਦੇ ਮੁਤਾਬਕ, ਉਹ ਕੀ ਹੈ, ਇਹਦੇ 'ਤੇ ਜਾਣਨ ਦੇ ਵਾਸਤੇ ਇੱਕ ਸ਼ਖਸੀਅਤ ਸਾਡੇ ਨਾਲ ਸ਼ਾਮਿਲ ਹੈ, ਦਰਸ਼ਨ ਸਿੰਘ ਧਨੌਲਾ ਸਾਹਿਬ, ਜਿਹੜੇ ਖੁਦ ਇੱਕ ਵਿਦਵਾਨ ਲੇਖਕ ਨੇ। ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਅਸਲ ਦੇ ਵਿੱਚ ਇਤਿਹਾਸ ਅਤੇ ਮਿਥਿਹਾਸ ਦੇ ਜਦੋਂ ਵਰਕੇ ਫਰੋਲੋਂਗੇ ਕੀ ਨਿਕਲਦਾ, ਅਸ਼ਵਮੇਧ ਕੀ ਸੀ, ਗਊਮੇਧ ਕੀ ਸੀ ਜਾਂ ਕੁਛ ਹੋਰ, ਕਿਉਂਕਿ ਗਊ ਦਾ ਮੀਟ ਖਾਣਾ, ਉਹਦੇ ਨਾਲ ਜੁੜੀਆਂ ਜਿਹੜੀਆਂ ਵੀ ਚੀਜ਼ਾਂ, ਇਹਦਾ ਵਿਰੋਧ ਹੋ ਰਿਹਾ ਵੱਡੇ ਪੱਧਰ 'ਤੇ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਪੂ ਜੀ, ਇਹ ਜਿਹੜੀ ਗੱਲ ਹੈ ਕਿ ਅਸ਼ਵਮੇਧ ਜਾਂ ਤੁਸੀਂ ਸਾਨੂੰ ਦੱਸ ਰਹੇ ਸੀ ਪਹਿਲਾਂ, ਕੀ ਕਹਾਣੀ ਹੈ ਅਸਲ 'ਚ ਇਹਦੇ ਪਿੱਛੇ? ਅਸ਼ਵਮੇਧ ਜੱਗ ਦਾ ਮਤਲਬ ਹੈ ਜੀ ਘੋੜੇ ਖਾਣਾ, ਘੋੜਿਆਂ ਤੋਂ। ਜਿਹੜਾ ਗਊਮੇਧ ਹੈ ਉਹਦੇ ਵਿੱਚ ਗਊਆਂ ਦੀ ਬਲੀ ਦਿੱਤੀ ਜਾਂਦੀ ਸੀ। ਰਾਜਾ ਰਾਮਤੀ ਦੇਵ ਦੇ ਮੁੱਖ ਮਹਿਮਾਨ ਜ਼ਿਆਦੇ ਆ ਗਏ, ਇੱਕੇ ਰਾਤ 'ਚ ਕੁਮਾਰੀਆਂ 1300 ਗਊਆਂ ਵੱਢੀਆਂ ਗਈਆਂ, 1300 ਗਊਆਂ ਰਾਜੇ ਰਾਮਤੀ ਦੇਵ ਦੇ, ਪੜ੍ਹ ਲੈਣਾ ਤਿਹਾਸ ਚੱਕ ਕੇ। ਇਹਨਾਂ ਦਾ ਵੇਦ ਖੁਦ ਕਹਿੰਦਾ ਕਿ ਜੇ ਬ੍ਰਾਹਮਣ ਸ਼ਰਾਧਾਂ 'ਚ ਗਊ ਦਾ ਮਾਸ ਨਾ ਖਾਵੇ ਤਾਂ ਉਹ ਸਿੱਧਾ ਨਰਕ ਨੂੰ ਜਾਂਦਾ। ਇਹ ਪੜ੍ਹ ਸਕਦੇ ਨੇ ਆਪਣੇ ਵੇਦਾਂ 'ਚ। ਮੈਂ ਸੱਚਾਈ, ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ, ਨਾ ਕੋਈ ਗੋਲ ਮੋਲ ਗੱਲ ਹੈਗੀ, ਇਹ ਮੈਨੂੰ ਮੋਦੀ ਸਾਹਿਬ ਜਾਂ ਕੋਈ ਹੋਰ ਹੈ ਪੜ੍ਹ ਕੇ ਦੱਸਣ ਵੀ ਸਾਡੇ ਵੇਦ 'ਚ ਇਹ ਗੱਲ ਲਿਖੀ ਨਹੀਂ ਹੈ। ਹੁਣ ਤੱਕ ਇਹ ਖਾਂਦੇ ਰਹੇ ਨੇ, ਜਦੋਂ ਉਹ ਖਤਮ ਹੋਣ 'ਤੇ ਆ ਗਈ ਨਸਲ, ਉਹਦੇ ਇਹਨਾਂ ਨੇ ਗਊ ਮਾਤਾ ਬਣਾ ਲਈ। ਬਸ ਫਰਕ ਇੰਨਾ ਕੀ ਹੈ, ਅੱਜ ਉਸੇ ਗਊ ਮਾਤਾ ਨੂੰ ਗਊ ਮਾਤਾ ਧਰਮ ਤੌਰ 'ਤੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਆ, ਬਸ ਹੋਰ ਗੱਲ ਕੁਛ ਨਹੀਂ ਹੈ। ਜਿਹੜਾ ਨਰਮੇਦ ਸੀ ਉਹਦੇ 'ਚ ਬੰਦੇ ਵੱਢ ਕੇ ਵੀ ਜੱਗ ਕਰਦੇ ਰਹੇ ਨੇ, ਖਾਂਦੇ ਰਹੇ ਨੇ। ਇੰਦਰ ਦੇਵਤਾ ਨੂੰ 15 ਮਣ ਪੱਕੇ ਦਾ ਬਲਦ ਪਾਲ ਕੇ ਸਾਉਣ ਦੇ ਮਹੀਨੇ ਬਲੀ ਦਿੰਦੇ ਸੀ ਇਹ ਲੋਕ ਕਿ ਮੀਂਹ ਪਾ। ਸੋ ਇੱਥੋਂ ਤੱਕ ਇਹਨਾਂ ਦੀਆਂ ਨੇ, ਇਹਨਾਂ ਦੇ ਲਿਖਤਾਂ ਦੇ ਵਿੱਚ ਹੈ, ਮੈਂ ਨਹੀਂ ਇਹ ਕਹਿ ਰਿਹਾ। ਪੜ੍ਹ ਲੈਣ ਵੇਦ ਚੱਕ ਕੇ ਕਰਾ, ਉਹਨਾਂ ਦਾ ਅਰਥਾ ਕਰਕੇ ਪੰਜਾਬੀ 'ਚ ਅਰਥਾ ਕਰਕੇ ਵੇਦਾਂ ਦਾ ਲੋਕਾਂ ਨੂੰ ਦੱਸਣ ਕਿ ਆਹ ਦੇਖੋ ਗਊ ਮਾਸ ਦੇ ਵਿਰੁੱਧ ਕੀ ਕੁਛ ਲਿਖਿਆ ਵੇਦਾਂ 'ਚ। ਜਦੋਂ ਖੁਦ ਵੇਦ ਕਹਿ ਰਹੇ ਨੇ, ਫਿਰ ਮੈਂ ਜਾਂ ਇਹ ਜਿਹੜਾ ਹੋ ਹੱਲ ਹੈ, ਮੈਂ ਤਾਂ ਇਹਨੂੰ ਬਹੁਤ ਬੁਰਾ ਸਮਝਦਾ ਇਸ ਗੱਲ ਵਾਸਤੇ। ਸੰਧੂ ਸਾਹਿਬ ਤੋਂ ਅੱਗੇ ਵੱਧਦੇ ਹਾਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਦੋਂ ਗਊਮੇਧ ਜੱਗ ਦੀ ਗੱਲ ਕੀਤੀ ਜਾਂਦੀ ਸੀ ਜਾਂ ਉਹ ਤੋਂ ਆਪਾਂ ਜਦੋਂ ਅੱਗੇ ਆਉਂਦੇ ਹਾਂ, ਕਿਉਂਕਿ ਸਭਿਅਤਾ ਸਮੇਂ ਦੇ ਨਾਲ ਅਦਲਾ ਬਦਲੀ ਹੁੰਦੀ ਰਹਿੰਦੀ ਹੈ ਸਿੱਧੂ ਸਾਹਿਬ, ਜਿਵੇਂ ਜਿਵੇਂ ਸਮਾਂ ਬੀਤਦਾ ਰਹਿੰਦਾ, ਜਿਹੋ ਜਿਹੀਆਂ ਮਨੁੱਖ ਦੀਆਂ ਲੋੜਾਂ ਹੁੰਦੀਆਂ ਨੇ, ਸਭਿਅਤਾ ਦੇ ਵਿੱਚ ਵੀ ਬਦਲਾਅ ਆਉਂਦਾ ਰਹਿੰਦਾ ਹੈਗਾ। ਉਸ ਤੋਂ ਬਾਅਦ ਮਤਲਬ ਪਹਿਲਾਂ ਲੋਕ ਜੰਗਲਾਂ 'ਚ ਰਹਿੰਦੇ ਸੀਗੇ, ਜ਼ਿਆਦਾ ਜਿਹੜਾ ਖਾਣ ਪੀਣ ਸੀ ਉਹ ਮੀਟ 'ਤੇ ਮੁਨਸਰ ਸੀਗਾ। ਜੇ ਤੁਸੀਂ ਹੁਣ ਆਪਾਂ ਬੁੱਧ ਧਰਮ ਦੀ ਜਦੋਂ ਗੱਲ ਕਰਦੇ ਹਾਂ, ਜਦੋਂ 2200-2300 ਸਾਲ ਪਹਿਲਾਂ ਦੀ, ਤਾਂ ਉਹਦਾ ਇੱਕ ਪਤਨ ਦਾ ਵੱਡਾ ਕਾਰਨ ਇਹ ਬਣਿਆ ਸੀਗਾ ਵੀ ਉਹਨਾਂ ਨੇ 53 ਦਿਨ ਸਕਾਰ ਦੇ ਉੱਪਰ ਪਾਬੰਦੀ ਲਾਤੀ ਸੀਗੀ, ਅਤੇ ਕਿਉਂਕਿ ਉਦੋਂ ਲੋਕ ਸਕਾਰ ਹੀ ਖਾਂਦੇ ਸੀਗੇ, ਜ਼ਿਆਦਾਤਰ ਹੁੰਦਾ ਨਹੀਂ ਸੀ। ਉਸ ਤੋਂ ਬਾਅਦ ਖੇਤੀ ਦਾ ਚੱਲਣ ਹੁੰਦਾ, ਜਦੋਂ ਖੇਤੀ ਆਉਂਦੀ ਹੈ ਤਾਂ ਖੇਤੀ ਦੇ ਲਈ ਬਲਦਾਂ ਦੀ ਜ਼ਰੂਰਤ ਪਈ ਹੈ, ਅਤੇ ਬਲਦ ਮਤਲਬ ਗਊ ਤੋਂ ਪੈਦਾ ਹੋਣਾ ਸੀਗਾ, ਅਤੇ ਉਹ ਫਿਰ ਮਤਲਬ ਜਿਹੜਾ ਮੈਨੂੰ ਇਹ ਲੱਗਦਾ ਵੀ ਜਿਹੜਾ ਗਊ ਮਾਤਾ ਵਾਲਾ ਕਨਸੈਪਟ ਹੈ ਇਹ ਉੱਥੋਂ ਹੀ ਪੈਦਾ ਹੋਇਆ, ਕਿਉਂਕਿ ਜਦੋਂ ਇੱਕ ਕਿਸਾਨ ਦੇ ਘਰ ਵਾਲੀ ਇਹ ਸੋਚਦੀ ਹੋਊ ਵੀ ਮੇਰਾ ਮੁੰਡਾ ਜੇ ਸਾਰਾ ਦਿਨ ਖੇਤੀ 'ਚ ਕੰਮ ਕਰਦਾ ਤਾਂ ਇਹ ਗਊ ਦਾ ਜਾਇਆ ਵੀ ਉਹਦੇ ਨਾਲ ਸਾਰਾ ਦਿਨ ਮਰਦਾ, ਇਸ ਕਰਕੇ ਉਹਨੂੰ ਮਾਤਾ ਦਾ ਜਿਹੜਾ ਰੁਤਬਾ ਦਿੱਤਾ ਗਿਆ ਹੈਗਾ, ਅਤੇ ਮੈਨੂੰ ਲੱਗਦਾ ਵੀ ਇਹ ਗਊ ਨੂੰ ਜਿਹੜਾ ਮਾਤਾ ਦਾ ਰੁਤਬਾ ਇਹ ਉੱਥੋਂ ਮਿਲਿਆ ਹੈਗਾ, ਇਹ ਸਭਿਅਤਾ ਦੇ ਵਿੱਚ ਹੀ, ਕਿਉਂਕਿ ਅੱਜ ਵਿਚਾਰੇ ਹੁਣ ਬਲਦਾਂ ਦੀ ਜ਼ਰੂਰਤ ਹੀ ਨਹੀਂ ਰਹੀ ਹੈਗੀ ਅਤੇ ਨਾ ਫਿਰ ਮਾਤਾ ਦੀ ਲੋੜ ਰਹਿਣੀ ਹੈਗੀ। ਮਤਲਬ ਉਸ ਤਰ੍ਹਾਂ ਦਾ ਇੱਕ ਹੁਣ ਤਾਂ ਅਸੀਂ ਉਹਨੂੰ ਕਹਿਣ ਨੂੰ ਹੁਣ ਅਵਾਰਾ ਪਸ਼ੂਆਂ ਦੇ ਨਾਲ, ਅਸਲ ਗਊਆਂ ਹੀ ਨੇ ਜ਼ਿਆਦਾ ਅਵਾਰਾ, ਹੋਰ ਤਾਂ ਕੋਈ ਪਸ਼ੂ ਹੁੰਦਾ ਨਹੀਂ। ਇੱਕ ਤੁਸੀਂ ਇਹ ਵੀ ਦੇਖੋ ਵੀ ਕਦੇ ਮੱਝਾਂ ਅਵਾਰਾ ਨਹੀਂ ਹੁੰਦੀਆਂ ਹੈ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਕਦੇ ਅਵਾਰਾ ਨਹੀਂ ਹੈ, ਘੋੜੇ ਅਵਾਰਾ ਨਹੀਂ ਫਿਰਦੇ ਮਿਲਣਗੇ ਤੁਹਾਨੂੰ, ਸਿਰਫ ਗਊ ਮਿਲੇਗੀ, ਕਿਉਂਕਿ ਉਹਦੀ ਹੁਣ ਜ਼ਰੂਰਤ ਨਹੀਂ ਰਹੀ ਹੈਗੀ, ਉਹ ਖੇਤ ਦੇ ਵਿੱਚ ਬਲਦ ਦੀ ਜ਼ਰੂਰਤ ਨਹੀਂ ਰਹੀ, ਅਤੇ ਗਊ ਦਾ ਵੀ ਉੱਥੇ ਜਾ ਕੇ ਕਨਸੈਪਟ ਹੈ, ਜਿਹੜਾ ਗਊ ਮਾਤਾ ਵਾਲਾ ਕਨਸੈਪਟ ਹੈ ਮੈਨੂੰ ਲੱਗਦਾ ਵੀ ਉੱਥੋਂ ਹੀ ਆਇਆ, ਕਿਉਂਕਿ ਇੱਕ ਕਿਸਾਨ ਦੇ ਘਰ ਵਾਲੀ ਦਾ ਯਾਨੀ ਕਿਸਾਨ ਦੇ ਪਤਨੀ ਦਾ ਜਦੋਂ ਲੜਕਾ ਸਾਰਾ ਦਿਨ ਖੇਤ ਦੇ ਵਿੱਚ ਕੰਮ ਕਰਦਾ ਸੀ ਅਤੇ ਉਹਦੇ ਨਾਲ ਇੱਕ ਗਊ ਦਾ ਜਾਇਆ ਵੀ ਕੰਮ ਕਰਦਾ ਸੀ, ਉਹਨੂੰ ਲੱਗਦਾ ਸੀ ਵੀ ਜਿਹੋ ਜਿਹਾ ਮੇਰਾ ਰੁਤਬਾ ਹੈ ਉਹ ਹੈ ਜੀ ਇਹਦਾ ਹੈਗਾ। ਸੋ ਇਸ ਕਰਕੇ ਇਹ ਗਊ ਮਾਤਾ ਵਾਲੀ ਜਿਹੜੀ ਗੱਲ ਹੈ ਮੈਨੂੰ ਲੱਗਦਾ ਵੀ ਸਭਿਅਤਾ ਦੇ ਵਿੱਚ ਆਈ ਆ। ਬਾਪੂ ਜੀ, ਇੱਕ ਆਖਰੀ ਸਵਾਲ ਇਹੀ ਕਿ ਇਹ ਜੋ ਕੁਛ ਰੌਲਾ ਰੱਪਾ ਪਾਇਆ ਜਾ ਰਿਹਾ, ਗੱਲ ਜਿੱਥੋਂ ਪੰਜਾਬ ਦੇ ਵਿੱਚ ਸ਼ੁਰੂ ਹੁੰਦੀ, ਆਵਣਾ ਅਰੋੜਾ ਹੋਰੇ ਕਹਿੰਦੇ ਆ ਕਿ ਜਿਹੜੀਆਂ ਗਾਵਾਂ ਨੇ ਉਹਨਾਂ ਨੂੰ ਸਲਾਟਰ ਹਾਊਸ ਭੇਜ ਦੇਣਾ ਚਾਹੀਦਾ, ਉਹਨਾਂ ਨੂੰ ਬੀਫ ਬਣਾਉਣ ਦੇ ਵਾਸਤੇ ਵਰਤ ਲੈਣਾ ਚਾਹੀਦਾ, ਅਵਾਰਾ ਪਸ਼ੂ ਆ ਜਿਹੜੇ, ਉਹਦੇ 'ਚੋਂ ਗਾਹਾਂ ਉਹ ਨਸਲਾਂ ਦੀ ਗੱਲ ਵੀ ਕਰਦੇ ਆ ਕਿ ਦੇਸੀ ਰੱਖ ਲਓ ਦੂਜੀਆਂ ਭੇਜ ਦਿਓ। ਸੜਕਾਂ ਦੇ ਉੱਤੇ ਕਤਲੇਆਮ ਹੁੰਦਾ, ਵਿਅਕਤੀਆਂ ਦਾ ਹੁੰਦਾ, ਗਾਂ ਵੀ ਮਰਦੀ ਆ, ਬੰਦਾ ਵੀ ਮਰਦਾ, ਔਰ ਜ਼ਿਆਦਾਤਰ ਬੰਦੇ ਮਰਦੇ ਨੇ। ਸੋ ਇਹ ਸਾਰਾ ਜਿਹੜਾ ਹੋ ਹੱਲਾ ਇਹ ਕਾਹਦੇ ਵਾਸਤੇ, ਕਿਵੇਂ ਦੇਖਦੇ ਹੋ? ਇਹ ਹੋ ਹੱਲਾ ਇਹੀ ਹੈ ਜੀ, ਧਾਰਮਿਕ ਜਾਂ ਬਸ ਸਿਆਸਤ ਕੁਰਸੀ ਦਾ ਰੌਲਾ, ਹੋਰ ਗੱਲ ਕੁਛ ਨਹੀਂ ਹੈ ਇਹਦੇ ਵਿੱਚ, ਕੋਈ ਗਊ ਰਕਸ਼ ਨਹੀਂ, ਕੋਈ ਕੁਛ ਨਹੀਂ ਹੈ। ਇਹੀ ਬੰਦੇ ਘੇਰ ਕੇ ਟਰੱਕਾਂ ਦੇ ਰੁਪਈਏ ਲੈ ਕੇ ਉਹਨਾਂ ਗਊਆਂ ਨੂੰ ਲੰਘਾ ਦਿੰਦੇ ਨੇ, ਬਸ ਮਸਲਾ ਦਾ ਸਿਰਫ ਸਿਆਸਤ ਭਖਾਉਣ ਦਾ ਅਤੇ ਲੋਕਾਂ 'ਚ ਚਰਚਾ ਕਰਵਾਉਣ ਦਾ, ਇਸ ਤੋਂ ਵੱਧ ਹੋਰ ਕੁਛ ਨਹੀਂ। ਧੰਨਵਾਦ।